नाज़रीन हमारे साथ इस मुकदमा के मुद्दई मोहम्मद अफजल मौजूद है। उन्हीं की ज़ुबानी जानते हैं ये कैसे हो गया कि उनकी वालदा को उन्हीं के वालिद ने कत्ल कर दिया। भाई बड़ा अफसोसनाक वाक़या है, की होया, कहन कत्ल करता, क्यों कत्ल करता? देखो दुनिया साड़ी जी नहीं सुनी क्या कि माँ बात पा गई तो जेल चला जे माँ बाप के बच्चे ने सिर पर हाथ हों तो वो नहीं है उन्हें कि अपने आप को हौसला देगी। की घरेलू ना चाकी सी की मतलब लड़ाई झगड़ा होता रहता सी, वजूहात की है? वजूहात सर समझ ही नहीं आई, चंगा भला घर छड़ दिया वालदा भी वाले सुबह सुबह कारोबार भी नहीं की फोन आया सी तक मेरे नाल दे घर ना माली ने जो यार दोस्त ने फोन मेरा नंबर ना कोई सुने ना मेरे को अक्सर बाज बाज मैं काम से भी होता सी मैं घर गल कर लेंगे सुन लेंगे। अच्छा भाई नहीं सी घर हों तो उन्होंने बार घर गल कर ऐसा मेरे खबर पहुंची है फिर खबर पहुंची घर गए हो? घर गए सर जो लंदन देखा मां की देखा वालदा भई सी ਅਸੋਦਾ ਫਿਰ ਉਹ ਪੋਸਟਮਾਰਟਮ ਦੇ ਨਾਲ ਆ ਗਏ ਤੇ ਇਸ ਬਾਤ ਵਾਲਦ ਪਹਿਲੇ ਵੀ ਵਾਲਦਾ ਵਾਲਦ ਦਾ ਲੜਾਈ ਝਗੜਾ ਕਰ ਲਿਆ ਸਰ ਪਹਿਲੇ ਉਹ ਘਰਾਂ ਦਾ ਕੀ ਕਾਰਨ ਹੈ 100 ਮੁਸਲਿਮ ਸ਼ਾਇਲ ਹੁੰਦੇ ਨੇ ਘਰਾਂ ਪਰ ਸਾਡੇ ਘਰ 'ਚ ਕੋਈ ਐਸਾ ਕੁਛ ਨਹੀਂ ਸੀ ਹੈ ਕੋਈ ਹੁੰਦੇ ਨੇ ਨਾ ਜਾਂ ਪੈਸੇ ਦੀ ਜਾਂ ਕਿਸੇ ਵੀ ਵਜ੍ਹਾ ਦੀ ਕੁਛ ਨਹੀਂ ਸੀ ਹੈ ਮਤਲਬ ਆਪ ਵੀ ਤੁਸੀਂ ਕਮਾਉਂਦੇ ਹੋ ਭਾਈ ਹੋਰ ਵੀ ਤਾਂ ਲੜਾਈ ਝਗੜਾ ਕੋਈ ਵੱਡੀ ਗੱਲ ਨਹੀਂ ਕਿ ਹੋ ਜਾਣਾ ਘਰਾਂ ਦਾ ਕੀ ਕਾਰਨ ਹੈ ਅੱਜ ਮੇਰੇ ਘਰੇ ਕੱਲ੍ਹ ਪੜ ਐਸਾ ਛੋਟਾ ਮੋਟਾ ਹੋਇਆ ਹੋਣਾ ਸਾਡੇ ਮਗਵੇ ਵਾਲਾ ਨੂੰ ਉਹ ਜਾਣਦਾ ਜੋ ਜਾਣਦਾ ਉਹਦਾ ਨਹੀਂ ਪਤਾ ਇਹ ਸਾਡੇ ਕੋਈ ਗੱਲ ਜਿਹਾ ਬੜਾ ਹੀ ਦਰਦਨਾਕ ਵਾਕਿਆ ਅਤੇ ਤੁਸੀਂ ਇਸ ਮੁਕੱਦਮੇ ਦੇ ਮੁਦਈ ਹੋ ਕੀ ਹੁਣ ਮਤਲਬ ਅੱਗੇ ਲੈ ਕੇ ਇਹਨੂੰ ਕਿਸ ਤਰ੍ਹਾਂ ਚੱਲੋਗੇ ਸਜ਼ਾ ਦਿਲਵਾਓਗੇ ਕੀ ਕਰੋਗੇ ਮਾਫ਼ੀ ਦੇਵੋਗੇ? ਸਰ ਇਸ ਟਾਈਮ 'ਤੇ ਸਾਡੇ ਨਾਲ ਹਰ ਕਿਸੇ ਦੇ ਮਸਲੇ ਦੇ ਬੱਚੇ ਜਿਹੜੇ ਨੇ ਛੋਟੇ ਨੇ ਸਾਰੇ ਆਪਣੇ ਇਸ ਟਾਈਮ ਅਫਸੋਸ ਨੇ ਅਫਸੋਸ ਦੇ ਵਿੱਚ ਅਗਾਂ ਉਹ ਸਾਲ 6 ਮਹੀਨੇ ਸਾਲ 1.5 ਸਾਲ ਲੱਗੇਗਾ ਜਦੋਂ ਸਾਰੇ ਪ੍ਰਾਂਤ ਆਪਣੀ ਸਲਾਹ ਕਰਨ ਚਾਹੇ ਅਗਰ ਸਜ਼ਾ ਕਰਾ ਦੇਣ ਚਾਹੇ ਪਿੱਛੇ ਲੈਣ ਪਰ ਜਦੋਂ ਸਾਰੇ ਭੈਣ ਭਰਾਵਾਂ ਦੀ ਸਲਾਹ ਹੋ ਜਾਏਗੀ ਇੱਕ ਸਾਰੇ ਇੱਕ ਮਗਰ ਚੱਲੇ ਉਸ ਤਰ੍ਹਾਂ ਅਸੀਂ ਕਰ ਲੈਣਾ। ਬੇਟੇ ਉਹ ਘਰ ਦੇ ਵਿੱਚ ਹੀ ਰਹਿੰਦੇ ਉਹ ਪਤਾ ਹੋਏਗਾ ਕਿ ਕਿਉਂ ਅਸਲ ਵਜੂਹਾਤ ਕੀ ਸਮਝਦੇ ਹੋ ਇਹਦੇ ਪਿੱਛੇ ਕੀ ਵਜ੍ਹਾ ਕੀ ਹੋਏਗੀ ਕਿਉਂ ਕਤਲ ਕਰਤਾ ਕੀ ਵਜ੍ਹਾ ਬਣੀ? ਸਰ ਇਹਦੇ ਪਿੱਛੇ ਸਾਡੇ ਜਿੱਦਾਂ ਕਿ ਜ਼ਹਿਨ ਹੈ ਇਹਦੇ ਪਿੱਛੇ ਆਈ ਹੈ ਕਿ ਬੰਦੇ ਦਾ ਜਿਹੜਾ ਜ਼ਹਿਨੀ ਤਬਾਦਲਾ ਠੀਕ ਹੈ ਜ਼ਹਿਨੀ ਤਬਾਦਲਾ ਨਹੀਂ ਠੀਕ ਵਾਲਦ ਜੀ। ਅੱਛਾ ਕਿਉਂਕਿ ਅੱਜ ਤੱਕ ਬੰਦਾ ਨਸ਼ਈ ਵੀ ਹੋਵੇ ਪਾਗਲ ਜਿਹੜਾ ਮਰਜ਼ੀ ਹੋਵੇ ਇਸ ਤਰ੍ਹਾਂ ਦੇ ਕੰਮ ਨਸ਼ਾ ਵੀ ਕਰਦੇ ਨੇ ਤੁਹਾਡੇ? ਨਸ਼ਾ ਤਾਂ ਉਹ ਛੋਟੀ ਮੋਟੀ ਅਫੀਮ ਖਾਂਦੇ ਨੇ ਉਹ ਸ਼ੁਰੂ ਤੋਂ ਖਾਂਦੇ ਆ ਰਹੇ ਨੇ ਕੋਈ ਕੋਈ ਵੱਡੀ ਗੱਲ ਨਹੀਂ ਕੋਈ ਨਵੀਂ ਗੱਲ ਨਹੀਂ ਬਸ ਇਹ ਮਾਂ ਬਲਾ ਦੇ ਇੱਕ ਦੋਰੇ ਸੀ ਇਲਾਜ ਵੀ ਕਰਾਇਆ ਬਾਕੀ ਇਹ ਹੈ ਕਿ ਉਹ ਜਿਹੜੀ ਮੈਡੀਸਨ ਉੱਥੇ ਖਾ ਲੈਣੀ ਉਹ ਫਿਰ ਘਰ ਆ ਕੇ ਨਹੀਂ ਖਾਣੀ ਸੁੱਟਦੀ ਉਹ ਜ਼ਹਿਨ ਹੀ ਇਸ ਤਰ੍ਹਾਂ ਦਾ ਇੱਕ ਤਾਂ ਸਾਡੇ ਜੋ ਘਰ ਦੇ ਵਿੱਚ ਉਹ ਹੈ ਵੱਡੇ ਸਨ ਤੁਸੀਂ ਵੀ ਭਾਈ ਹੋ ਛੋਟੇ ਭਾਈ ਹੋ ਨਾ ਵੱਡੇ ਭਾਈ? ਅੱਛਾ ਵੱਡੇ ਭਾਈ ਕੀ ਪੈਗਾਮ ਦੋਗੇ ਕੀ ਹੋ ਗਿਆ? ਬੜਾ ਅਫਸੋਸਨਾਕ ਵਾਕਿਆ ਹੈ ਜੋ ਤੁਹਾਡੇ ਘਰ 'ਚ ਹੋਇਆ ਅੱਲਾਹ ਪਾਕ ਤੁਹਾਨੂੰ ਸਬਰ ਦੇਵੇ ਕੀ ਕਹਿਣਾ ਚਾਹੋਗੇ? ਮੈਂ ਦੁਨੀਆ ਨੂੰ ਇਹ ਕਹਿਣਾ ਚਾਹਾਂਗਾ ਕਿ ਵਹਿਮ ਜਿਹੜਾ ਨਾ ਦੁਨੀਆ ਛੱਡ ਦੇਵੇ ਆਪਣੇ ਆਉਣ ਵਾਲੇ ਜ਼ਿੰਦਗੀ ਜਿਹੜੇ ਗਾਉਣ ਵਾਲੀਆਂ ਕੌਮਾਂ ਹੋਣਗੀਆਂ ਉਹਨਾਂ ਵਾਸਤੇ ਅੱਛਾ ਹੋਏਗਾ। ਅੱਜ ਸਾਡੀ ਕੌਮ ਜਿਹੜੀ ਹੈ ਨਾ 70 ਸਾਲ ਪਿੱਛੇ ਚਲੀ ਗਈ, ਸਾਡੇ ਦਾਦੇ ਦਾ ਨਾਂ ਬਦਨਾਮ ਹੋ ਗਿਆ, ਸਾਡੇ ਪੂਰੇ ਲਾਦੀ ਦਾ ਨਾਂ ਬਦਨਾਮ ਹੋ ਗਿਆ। ਕੋਈ ਵਜ੍ਹਾ ਨਹੀਂ ਬਣੀ, ਸਿਰਫ ਇੱਕ ਵਹਿਮ ਬਸ। ਵਹਿਮ ਜਿਹਨੂੰ ਸ਼ੱਕ ਵੀ ਕਹੀਦਾ ਉਹ ਵਾਲਾ ਵਹਿਮ ਤੁਸੀਂ ਕਹਿ ਰਹੇ? ਇੰਜ ਪਰਵਰਿਸ਼ ਕੀਤੀ ਤੁਹਾਡੇ ਵਾਲਦੈਨ ਨੇ ਤੁਹਾਡੀ ਕਿਸ ਹਾਲਤ ਦੇ ਵਿੱਚ ਕੀਤੀ? ਅਸੀਂ ਤਾਂ ਝੁੱਗੀਆਂ 'ਚ ਰਹਿਣ ਵਾਲੇ ਬੰਦੇ ਸੀ, ਮੀਆਂ ਪਲਾਜ਼ਾ ਝੁੱਗੀਆਂ 'ਚ ਰਹਿੰਦੇ ਸੀ। ਅੱਛਾ ਅਸੀਂ 16 ਸਾਲ ਝੁੱਗੀਆਂ 'ਚ ਰਹੇ, 4 ਸਾਲ ਹੋ ਗਏ ਸੀ ਅਸੀਂ ਆਪਣੀ ਜਗ੍ਹਾ ਲਈ ਸੀ ਇੱਥੇ ਬਾਗੜੀ ਕਿਸ਼ਤਾਂ 'ਤੇ। ਉਹ ਕਿੰਨੇ ਦਿੱਤੀ? ਸ਼ਫੀ ਜੋਈ ਸਾਨੂੰ ਮਿਲੀ ਸੀ ਕਿਸ਼ਤਾਂ 'ਤੇ ਲਈ ਸੀ ਅਸੀਂ। ਵਾਲਦ ਸਾਹਿਬ ਨੇ ਦਿੱਤੀ? ਵਾਲਦਾ ਨੇ ਵਾਲਦ ਸਾਹਿਬ ਨੇ ਲਈ ਸੀ 2013 'ਚ। ਅੱਛਾ ਤੋ ਉਦੋਂ ਫਿਰ ਮਿਹਨਤ ਮੇਰੀ ਮਾਂ ਨੇ ਕਰ ਕਰਕੇ ਕੋਠੀਆਂ 'ਚ ਕੰਮ ਕੀਤਾ, ਸਫਾਈਆਂ ਕੀਤੀਆਂ, ਅਸੀਂ ਆਪ ਖੁਦ ਕੀਤਾ।
ਸਾਡੇ ਵਾਲਦ ਨੇ ਵੀ ਮਿਹਨਤ ਕੀਤੀ ਦੋਨੋਂ ਮਿਲ ਕੇ ਮਤਲਬ ਇੱਕ ਦੂਸਰੇ ਦੇ ਨਾਲ ਬਾਜ਼ੂ ਬਣ ਕੇ ਤੜੀ ਬੜਾ ਅੱਛਾ ਤਲੁਕਾ ਸੀ ਬੜਾ ਦੋ ਜਿਵੇਂ ਆਪਣੀ ਮੀਆਂ ਬੀਵੀ ਦਾ ਤਲੁਕਾ ਪਿਆਰ ਮਤਲਬ ਸਭ ਕੁਛ ਪਰ ਪਤਾ ਨਹੀਂ ਸਰ ਕੀ ਬਣਿਆ ਕੀ ਨਹੀਂ ਬਣਿਆ ਬੜੀ ਮਿਹਨਤ ਕੀਤੀ ਸਾਡੇ ਵਾਲਦ ਸਾਹਿਬ ਨੇ ਬੜੀ ਮਿਹਨਤ ਕੀਤੀ ਐਵੇਂ ਬੰਦਾ ਪੇ ਕੇ ਕਿੰਨੇ ਅਸੀਂ ਐਡੇ ਐਡੇ ਵੱਡੇ ਪਲ ਕੇ ਹੋ ਗਏ ਹਾਂ ਮੂੰਹ ਦਾੜੀ ਕੱਲ੍ਹ ਆਈ ਸਾਨੂੰ ਛੋਟਿਆਂ ਨੂੰ ਸਾਡੇ ਵਾਲਦ ਸਾਹਿਬ ਨੇ ਪਾਲਿਆ ਸਾਡੀ ਵਾਲਦਾ ਨੇ ਪਾਲਿਆ ਅਤੇ ਅੱਜ ਪਤਾ ਨਹੀਂ ਬੰਦੇ ਦੇ ਜ਼ਿਹਨ 'ਤੇ ਕੀ ਵੜਦਾ ਪਿਆ ਅਤੇ ਕੀ ਨਹੀਂ ਪਿਆ ਜਿਸ ਦਾ ਵੀ ਸਾਡਾ ਨਜ਼ਰੀਆ ਨਾ ਸਾਰੇ ਬੰਦੇ ਦੇ ਸਿਰ ਤੇਲੇ 'ਚ ਗਏ ਵਹਿਮ ਬਹਿ ਗਿਆ ਜਾਂ ਇਹਦਾ ਜ਼ਿਹਨੀ ਤਬਾਦਲਾ ਨਹੀਂ ਠੀਕ ਬਸ ਬੜਾ ਅਫਸੋਸ ਹੈ ਸਾਨੂੰ ਵੀ ਤੁਹਾਡੀ ਵਾਲਦਾ ਚਲੇ ਗਏ ਸਾਡਾ ਲਾਗੀ ਟੁੱਟ ਕੀ ਕੋਈ ਮੈਸੇਜ ਦੇਣਾ ਚਾਹੋਗੇ ਜੋ ਕੁਛ ਤੁਸੀਂ ਦੇਖਿਆ ਇੰਜ ਕੋਈ ਹੋਰ ਨਾ ਵੇਖੇ ਕੀ ਕਰੇ ਉਹਦੇ ਵਾਸਤੇ ਤੁਹਾਡੇ ਕੋਈ ਜ਼ਿਹਨ 'ਚ ਆਉਂਦੀ ਹੈ ਕੋਈ ਗੱਲ ਕਿਸੇ ਦਾ ਭਲਾ ਹੋ ਜਾਵੇ ਇਸ ਟਾਈਮ ਸਾਡੇ ਜ਼ਿਹਨ 'ਚ ਨਾ ਇਸ ਟਾਈਮ ਕੋਈ ਗੱਲ ਨਹੀਂ ਸਵਾ ਪਰੇਸ਼ਾਨੀ ਤੂੰ ਹੋਰ ਕੋਈ ਗੱਲਬਾਤ ਕਰਨੀ ਸਰ ਤੁਸੀਂ ਕਰ ਸਕਦੇ ਹੋ ਇਸ ਟਾਈਮ ਮੇਰਾ ਕਿਸੇ ਵੀ ਮੂਵੀ 'ਤੇ ਦਿਲ ਕਰਨ ਕਿਸੇ ਵੀ ਮੂਵੀ ਕਤਲ ਦੀ ਵਾਰਦਾਤ ਇਤਨਾ ਅਰਸਾ ਗੁਜ਼ਰ ਗਿਆ ਇੱਕ ਸ਼ਾਦੀ ਕੋ ਸਰਵਰ ਸਾਹਿਬ ਛੇ ਬੱਚੇ ਵੀ ਇਸੀ ਕੇ ਬਕੋਲ ਕੇ 35-40 ਸਾਲ ਗੁਜ਼ਰ ਗਏ ਛੇ ਬੱਚੇ ਵੀ ਪੈਦਾ ਹੋਏ ਫਿਰ ਇਸਨੇ ਜਾ ਕੇ ਇਸ ਉਮਰ ਮੈਂ ਆਪਣੀ ਬੀਵੀ ਕੋ ਕਤਲ ਕਰ ਦਿਆ ਕਿ ਮੁਆਸ਼ਰੇ ਮੈਂ ਕਿਆ ਚੱਲ ਰਿਹਾ ਇਹ ਸਿਰਫ ਨਸ਼ੇ ਕੀ ਲਾਨਤ ਕੀ ਵਜ੍ਹਾ ਸੇ ਹੋ ਰਿਹਾ ਅੱਛਾ ਇਸ ਕੇ ਪੀਛੇ ਆਪ ਸਮਝਤੇ ਨਸ਼ੇ ਕਾ ਅਹਿਮ ਕਿਰਦਾਰ ਹੈ ਨਸ਼ੇ ਕਾ ਅਹਿਮ ਕਿਰਦਾਰ ਹੈ ਇਸਨੇ ਫੀਮ ਜ਼ਿਆਦਾ ਖਾਈ ਹੋਈ ਥੀ ਇਸਕਾ ਦਿਮਾਗ ਸੁੰਨ ਹੋ ਗਿਆ ਉਸਕੀ ਵਜ੍ਹਾ ਸੇ ਇਸੇ ਪਤਾ ਹੀ ਨਹੀਂ ਚਲਾ ਕਿ ਮੈਂ ਕਿਆ ਕਰ ਕਿਆ ਕਰ ਔਰ ਅਗਰ ਉਸਕੇ ਬਾਅਦ ਵੀ ਅਗਰ ਇਸੇ ਸ਼ਰਮਿੰਦਗੀ ਹੋਤੀ ਕਿ ਇਸਨੇ ਇਤਨਾ ਬੜਾ ਕਾਮ ਕਰ ਦੀ ਹੈ ਯਾ ਤੋ ਵਹਾਂ ਸੇ ਫਰਾਰ ਹੋ ਗਿਆ ਇਸਨੇ ਗ੍ਰਿਫਤਾਰੀ ਥੋੜ੍ਹੀ ਦੀ ਹੈ ਆਪਣੇ ਤੋਂ ਖੁਦ ਗ੍ਰਿਫਤਾਰ ਕੀਤਾ ਨਹੀਂ ਇਸਨੇ ਗ੍ਰਿਫਤਾਰ ਇਹ ਖੁਦ ਵੀ ਕਹਤਾ ਹੈ ਕਿ ਮੈਨੂੰ ਪੁਲਿਸ ਨੇ ਪਕੜਿਆ ਹਾਂਜੀ ਤੋ ਕਿਆ ਪਿੱਛੇ ਵਜੂਹਾਤ ਹੈ ਮੁਆਸ਼ਰੇ ਮੇਂ ਸੁਧਾਰ ਲਾਨੇ ਕੇ ਲੀਏ ਕਿਆ ਕਿਨ ਚੀਜ਼ੋਂ ਕੀ ਜ਼ਰੂਰਤ ਹੈ ਕਿਆ ਸਮਝਦੇ ਹੈ ਆਪਣੀ ਕੌਮ ਕੋ ਇਹ ਪੈਗਾਮ ਦੇਣਾ ਚਾਹਤਾ ਹੂੰ ਕਿ ਆਪਣੇ ਬੱਚੋਂ ਕੋ ਪਿਆਰ ਕਰੇ ਉਨ ਪੇ ਚੈੱਕ ਰੱਖੇ ਉਨਕੋ ਦੇਖੇ ਉਨਕੋ ਨਸ਼ੇ ਯਹਾਂ ਤੱਕ ਕਿ ਸਿਗਰਟ ਚਾਹੇ ਸੇ ਵੀ ਬਚਾਏ ਕਿਉਂਕਿ ਸਿਗਰਟ ਸੇ ਸ਼ੁਰੂ ਹੋਤਾ ਹੈ ਮਾਮਲਾ ਉਸਕੇ ਬਾਅਦ ਦੂਸਰੇ ਨਸ਼ੇ ਬਾਅਦ ਮੇਂ ਸ਼ੁਰੂ ਹੋਤੇ ਹੈ ਸਭ ਸੇ ਪਹਿਲੇ ਬੱਚੋਂ ਕਾ ਖਿਆਲ ਰੱਖਾ ਜਾਏ ਸਿਗਰਟ ਵਗੈਰਾ ਨਾ ਪੀਏ ਉਨਕੋ ਪਿਆਰ ਸੇ ਸਮਝਾਇਆ ਜਾਏ ਉਨਕੇ ਸਾਥ ਪਿਆਰ ਸੇ ਪੇਸ਼ ਆਇਆ ਜਾਏ ਉਨ੍ਹੇ ਪਤਾ ਹੋ ਕਿ ਇਹ ਹਮਾਰੇ ਅੱਛੇ ਬੁਰੇ ਕੇ ਲੀਏ ਮੈਂ ਕਹਤੇ ਹੈ ਉਨਕੋ ਅਹਿਸਾਸ ਦਿਲਾਨਾ ਚਾਹੀਏ ਇਸ ਬਾਤ ਕਾ ਵੋ ਨਸ਼ੇ ਕੀ ਤਰਫ ਹੈ ਇਸਮੇ ਸਾਰਾ ਕਿਰਦਾਰ ਆਪ ਸਮਝਤੇ ਹੈ ਕਿ ਨਸ਼ੇ ਕੀ ਵਜ੍ਹਾ ਸੇ ਹੀ ਖਰਾਬੀ ਪੈਦਾ ਹੋ ਨਸ਼ੇ ਕੀ ਵਜ੍ਹਾ ਸੇ ਸਾਰੀ ਖਰਾਬੀ ਸਹੀ ਅਬ ਮਜ਼ੀਦ ਕਿਆ ਹੋਗਾ ਜਬ ਇਸੇ ਆਪਣੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨੇ ਕੇ ਬਾਅਦ ਇਤਰਾਫ਼ ਜੁਰਮ ਇਸਨੇ ਕਿਆ ਕੀਆ ਇਸਨੇ ਇਹ ਇਤਰਾਫ਼ ਜੁਰਮ ਕੀਆ ਕਿ ਮੇਰੇ ਸੇ ਗਲਤੀ ਹੋ ਗਈ ਹੈ ਮੇਰੇ ਮੇਰਾ ਦਿਮਾਗ ਸੁਨ ਥਾ ਮੇਰੇ ਪਤਾ ਨਹੀਂ ਚਲਾ ਮੈਨੇ ਕੁਲਾੜੀ ਪਾਸ ਹੀ ਪੜੀ ਹੋਈ ਥੀ ਉਠਾ ਕੇ ਉਸਕੋ ਇੱਕ ਮਾਰੀ ਇੱਕ ਉੱਪਰ ਸੇ ਫਿਰ ਮਾਰ ਦੀ ਸਹੀ ਦੋ ਤਿੰਨ ਵਾਰ ਕੀਏ ਕੁਲਾੜੀ ਕੇ ਮੇਰੇ ਪਤਾ ਨਹੀਂ ਚਲਾ ਬਸ ਉਹ ਐਸੇ ਹੀ ਮੇਰੇ ਸੇ ਹੋ ਗਿਆ ਮੇਰੇ ਤੋਂ ਦੋ ਤਿੰਨ ਦਿਨ ਬਾਅਦ ਵੀ ਪਤਾ ਨਹੀਂ ਥਾ ਮੈਂ ਕਹਾਂ ਫਿਰ ਰਹਾ ਹੂੰ